ਸਤਿ ਸ਼੍ਰੀ ਅਕਾਲ ਜੀ। ਆਪਾਂ ਪਹੁੰਚ ਗਏ ਸਾਊਥ ਕੋਰੀਆ। ਐਂਟਰੀ ਹੋ ਗਈ ਹੈ ਸਾਡੀ ਅਤੇ ਐਗਜ਼ਿਟ ਹੋ ਗਿਆ। ਐਂਟਰੀ ਐਗਜ਼ਿਟ ਮੀਨਸ ਕਿ ਕੰਟਰੀ 'ਚ ਐਂਟਰੀ ਹੋ ਗਈ ਹੈ ਅਤੇ ਏਅਰਪੋਰਟ ਐਗਜ਼ਿਟ ਕਰ ਲਿਆ ਸੀ। ਅਰਾਈਵਲ ਤੋਂ ਬਾਅਦ ਸਾਨੂੰ ਮੈਨੂੰ ਟੈਸਟ ਕਰਾਉਣਾ ਪਊਗਾ ਕੋਵਿਡ ਦਾ। 24 ਘੰਟੇ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਸਬਮਿਟ ਕਰਨੀ ਪਊਗੀ ਔਨਲਾਈਨ, ਬਾਕੀ ਉਹ ਗਾਈਡ ਕਰ ਦੇਣਗੇ। ਅਰਾਈਵਲ ਵਾਲਿਆਂ ਲਈ ਅਲੱਗ ਤੋਂ ਬਣਿਆ ਹੋਇਆ, ਡਿਪਾਰਚਰ ਵਾਲਿਆਂ ਲਈ ਅਲੱਗ ਤੋਂ ਟੈਸਟ ਸੈਂਟਰ ਬਣਿਆ ਹੋਇਆ ਅਤੇ ਉਹ ਤੁਸੀਂ ਧਿਆਨ ਨਾਲ ਦੇਖਣਾ। ਇਹ ਹੈਗਾ ਅਰਾਈਵਲ ਵਾਲਿਆਂ ਲਈ, ਮੈਂ ਅਰਾਈਵ ਕੀਤਾ ਤਾਂ ਮੈਂ ਹੁਣ ਇੱਥੇ ਜਾਊਂਗਾ। ਟਿਕਟ ਬੁੱਕ ਕਰਾ ਲਈ ਹੈ, ਬਸ ਆਪਾਂ ਵੇਟ ਕਰ ਰਹੇ ਹਾਂ ਹੁਣ। ਇਹ ਰਿਹਾ ਮੇਰਾ ਬੱਸ ਦਾ ਟਿਕਟ, ਇਹ ਹੈ ਜੀ ਬੱਸ ਦਾ ਨੰਬਰ, ਇਹ ਟਾਈਮ ਹੈ ਬੱਸ ਦਾ। ਇਹ ਜਿੱਥੇ ਵੇਟ ਕਰਨਾ ਸਟੇਸ਼ਨ ਹੈ, ਜਿਹੜਾ ਬੱਸ ਸਟੋਪੇਜ ਹੈ ਉਹ ਹੈ। 16,000 ਵੋਨ ਇਹਨਾਂ ਲਿੱਤੇ ਮੇਰੇ ਹੋਟਲ ਤੱਕ ਜਾਣ ਲਈ ਅਤੇ ਵੇਟ ਕਰਦਾ। ਏਅਰਪੋਰਟ ਦੇ ਬਾਹਰ ਹੀ ਤੁਹਾਨੂੰ ਟੈਕਸੀ ਮਿਲ ਜੂਗੀ, ਬੱਸ ਮਿਲ ਜੂਗੀ, ਬਾਹਰ ਹੀ ਤੁਹਾਨੂੰ ਟੈਕਸੀ ਐਂਡ ਬੱਸਿਸ ਮਿਲ ਜਾਂਦੀਆਂ। ਬੱਸ ਥੋੜ੍ਹੀ ਸਸਤੀ ਪੈਂਦੀ ਆ। ਬੱਸ 'ਚ ਬਹਿ ਗਿਆ ਜੀ, ਬੱਸ ਹੁਣ ਮੇਰੀ ਲੋਕੇਸ਼ਨ 'ਤੇ ਛੱਡੂਗੀ। ਇੱਥੇ ਬੱਸਿਸ 'ਚ ਵੀ ਤੁਹਾਨੂੰ ਵਾਈਫਾਈ ਮਿਲ ਜੂਗਾ। ਲਓ ਜੀ ਹੋਸਟਲ ਆ ਗਏ, ਆਪਾਂ ਚੈੱਕ ਇਨ ਕਰਾਂਗੇ ਹੁਣ ਆਪਾਂ।